ਅਧਿਆਪਕਾਂ ਨੂੰ ਪੱਕਾ ਕਰਨ ਲਈ 65% ਤਨਖਾਹ ਵਿੱਚ ਕੀਤੀ ਜਾ ਰਹੀ ਕਟੌਤੀ ਦੇ ਚੱਲਦਿਆਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਅਧਿਆਪਕ ਖਫਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਨੇ, ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹ ਤਸਵੀਰਾਂ ਜਿਹੜੀਆਂ ਆਈਆਂ ਨੇ। ਸੋ ਇੱਥੇ ਤੁਹਾਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਅਧਿਆਪਕ ਪਿਛਲੇ 10 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਨੇ ਅਤੇ 42,800 ਰੁਪਏ ਤਨਖਾਹ ਵਜੋਂ ਲੈ ਰਹੇ ਨੇ। ਸਰਕਾਰ ਇਹਨਾਂ ਦੀ ਤਨਖਾਹ 42,800 ਤੋਂ ਘਟਾ ਕੇ 15,000 ਕਰ ਰਹੀ ਹੈ। ਹੁਣ ਤੁਸੀਂ ਦੱਸੋ ਕਿ ਇਹ ਪੰਜਾਬ ਦਾ ਇਹ ਪੰਜਾਬ ਸਰਕਾਰ ਦਾ ਇਹ ਡਿਸੀਜ਼ਨ ਜਾਇਜ਼ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਆਓ ਹੁਣ ਸੁਣਦੇ ਹਾਂ ਰਾਮ ਭਜਨ ਚੌਧਰੀ, ਸੂਬਾ ਮੀਤ ਪ੍ਰਧਾਨ SSS ਰਾਮਸਾ ਯੂਨੀਅਨ ਪੰਜਾਬ ਤੋਂ ਕੀ ਕਹਿ ਰਹੇ ਨੇ। ਮੈਂ ਰਾਮ ਭਜਨ ਚੌਧਰੀ, ਵਾਈਸ ਪ੍ਰਧਾਨ SSS ਰਮਸਾ ਅਧਿਆਪਕ ਯੂਨੀਅਨ ਪੰਜਾਬ। ਅੱਜ SSS ਰਮਸਾ ਅਧਿਆਪਕਾਂ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਕੰਮ ਕਰਦਿਆਂ ਹੋਇਆਂ ਕਾਲੇ ਕੱਪੜੇ ਔਰ ਕਾਲੀਆਂ ਪੱਟੀਆਂ ਲਗਾ ਕੇ ਸਕੂਲਾਂ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਰਨ ਉਹਦਾ ਇਹ ਹੈ ਕਿ ਕੱਲ੍ਹ ਪਿਛਲੇ ਦਿਨ ਬੀਤੇ ਦਿਨ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਅਧਿਆਪਕਾਂ ਨੂੰ 10 ਸਾਲ ਦੀ ਸਰਵਿਸ ਤੋਂ ਬਾਅਦ 15,000 ਤਨਖਾਹ ਜਿਹੜੀ ਹੈ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਹਨਾਂ ਅਧਿਆਪਕਾਂ ਨੂੰ ਇਸ ਤੋਂ ਪਹਿਲੇ 42,800 ਤਨਖਾਹ ਮਿਲ ਰਹੀ ਸੀਗੀ, ਪਰ ਕੱਲ੍ਹ ਕੈਬਨਿਟ ਨੇ ਮਾਰੂ ਫੈਸਲਾ ਕਰਦਿਆਂ ਹੋਇਆਂ, ਅਧਿਆਪਕ ਵਿਰੋਧੀ ਫੈਸਲਾ ਕਰਦਿਆਂ ਹੋਇਆਂ, ਕੱਲ੍ਹ ਜਿਹੜੀ ਹੈ ਇਹਨਾਂ ਅਧਿਆਪਕਾਂ ਦੀ ਤਨਖਾਹ ਘਟਾ ਕੇ ਉਹ 15,000 ਕਰਨ ਦਾ ਜਿਹੜਾ ਹੈ ਫੈਸਲਾ ਥੋਪ ਦਿੱਤਾ ਹੈ। ਇਸ ਦੇ ਵਿਰੋਧ ਵਜੋਂ ਅੱਜ ਅਧਿਆਪਕਾਂ ਦੇ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਅਧਿਆਪਕਾਂ ਦੇ ਵਿੱਚ ਇੰਨਾ ਰੋਸ ਪਾਇਆ ਜਾ ਰਿਹਾ ਹੈ ਕਿ ਕਈ ਅਧਿਆਪਕਾਂ ਨੇ ਤਾਂ ਆਪਣੇ ਆਪ ਨੂੰ ਫਾਂਸੀ ਦੇ ਰੱਸਿਆਂ 'ਤੇ ਵੀ ਟੰਗਣਾ ਸ਼ੁਰੂ ਕਰ ਦਿੱਤਾ ਹੈ। ਇਹ ਸਾਰਾ ਜੋ ਵਿਰੋਧ ਹੈ ਇਹਦੇ ਜ਼ਿੰਮੇਵਾਰ ਜੋ ਹੈ ਉਹ ਪੰਜਾਬ ਸਰਕਾਰ ਹੋਵੇਗੀ। ਅਗਰ ਕਿਸੇ ਵੀ ਅਧਿਆਪਕ ਦਾ ਕੋਈ ਨਿੱਜੀ ਨੁਕਸਾਨ ਹੁੰਦਾ ਹੈ ਤਾਂ ਉਸਦੀ ਜ਼ਿੰਮੇਵਾਰ ਮੌਜੂਦਾ ਕਾਂਗਰਸ ਪਾਰਟੀ ਦੀ ਪੰਜਾਬ ਸਰਕਾਰ ਹੋਵੇਗੀ। ਧੰਨਵਾਦ। ਅਧਿਆਪਕਾਂ ਨੂੰ ਪੱਕਾ ਕਰਨ ਲਈ 65% ਤਨਖਾਹ ਵਿੱਚ ਕੀਤੀ ਜਾ ਰਹੀ ਕਟੌਤੀ ਦੇ ਚੱਲਦਿਆਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਅਧਿਆਪਕ ਖਫਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਨੇ, ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹ ਤਸਵੀਰਾਂ ਜਿਹੜੀਆਂ ਆਈਆਂ ਨੇ। ਸੋ ਇੱਥੇ ਤੁਹਾਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਅਧਿਆਪਕ ਪਿਛਲੇ 10 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਨੇ ਅਤੇ 42,800 ਰੁਪਏ ਤਨਖਾਹ ਵਜੋਂ ਲੈ ਰਹੇ ਨੇ। ਸਰਕਾਰ ਇਹਨਾਂ ਦੀ ਤਨਖਾਹ 42,800 ਤੋਂ ਘਟਾ ਕੇ 15,000 ਕਰ ਰਹੀ ਹੈ। ਹੁਣ ਤੁਸੀਂ ਦੱਸੋ ਕਿ ਇਹ ਪੰਜਾਬ ਦਾ ਇਹ ਡਿਸੀ ਪੰਜਾਬ ਸਰਕਾਰ ਦਾ ਇਹ ਡਿਸੀਜ਼ਨ ਜਾਇਜ਼ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਆਓ